ਬਾਹਰੋਂ ਕੁੰਡਾ ਜਿੰਦਾ ਲਾਤਾ, ਠੀਕ ਹੈ ਜੀ, ਮੇਰੀ ਦਾੜੀ ਪੁੱਟੀ, ਮੇਰੀ ਪੱਗ ਢਾਤੀ, ਠੀਕ ਹੈ ਜੀ, ਤੇ ਉਸ ਤੋਂ ਮੈਂ ਉਹਨਾਂ ਨੂੰ ਮੌਕਾ ਛੱਡਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੇਰੀ ਲੱਤ ਫੜ ਕੇ ਖਿੱਚ ਲਿਆ ਤੇ ਮੈਨੂੰ ਤੇ ਮੈਨੂੰ ਬਹੁਤ ਬੇਰਹਿਮੀ ਨਾਲ ਕੁੱਟਿਆ ਤੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਤੇ ਮੇਰੀ ਪੱਗ ਦੇ ਨਾਲ ਹੀ ਮੈਨੂੰ ਬੰਨਤਾ ਤੇ ਮੇਰੀ ਪੱਗ ਦੇ ਨਾਲ ਹੀ ਮੈਨੂੰ ਮੇਰਾ ਗਲ ਘੁੱਟਣ ਦੀ ਕੋਸ਼ਿਸ਼ ਕੀਤੀ। ਕਿੰਨੇ ਬੰਦੇ ਸੀ ਬਾਈ ਜੀ? 6-7 ਜਾਣੇ ਸੀ ਜੀ ਉੱਥੇ। ਅੱਛਾ, ਕੀ ਕੀ ਮਾਰਿਆ ਉਹਨਾਂ ਨੇ ਤੁਸੀਂ? ਉਹ ਬੰਦੇ ਨੂੰ ਫੜ ਕੇ ਕੀ ਮਾਰਿਆ ਉਹਦੇ? ਇਹਦੀ ਬਹੁਤ ਕੁੱਟਮਾਰ ਕੀਤੀ, ਇਹਨੂੰ ਉੱਥੇ ਬੰਨ ਲਿਆ ਅਤੇ ਕਾਫੀ ਇਹਦੇ ਨਾਲ ਮਤਲਬ ਬਹੁਤ ਕੁਛ ਕੀਤਾ, ਬਹੁਤ ਧੱਕਾ ਕੀਤਾ, ਸੱਟਾਂ ਇਹਦੇ ਬਹੁਤ ਲੱਗੀਆਂ ਹੋਈਆਂ ਨੇ ਅਤੇ ਉਸ ਤੋਂ ਬਾਅਦ ਇਹਦਾ ਫੋਨ ਜਿਹੜਾ ਉਹਨਾਂ ਨੇ ਖੋਲਿਆ, ਇਹਨੂੰ ਬੰਨਿਆ ਹੋਇਆ ਸੀਗਾ ਤਾਂ ਜਦੋਂ ਇਹ ਆਇਆ ਨਹੀਂ 2-3 ਘੰਟੇ ਤਾਂ ਡਾਕਟਰ ਸਾਹਿਬ ਨੇ ਕਿਹਾ ਵੀ ਉਹ ਆਇਆ ਨਹੀਂ ਹੈਗਾ, ਟੈਸਟ ਦਾ ਵੀ ਹੋਏ ਨਹੀਂ ਹੈਗੇ ਤਾਂ ਤੁਸੀਂ ਭੈਣ ਜੀ ਦੇਖ ਕੇ ਆਓ। ਜਦੋਂ ਮੈਂ ਪਤਾ ਕਰਿਆ ਤਾਂ ਸਾਨੂੰ ਕਿਸੇ ਨੇ ਦੱਸਿਆ ਵੀ ਉਹ ਉੱਥੇ ਬੰਨਿਆ ਹੋਇਆ। ਜਦੋਂ ਫਿਰ ਮੈਂ ਗਈ ਉੱਥੇ ਤਾਂ ਉਹ ਡੇਰੇ ਵਾਲੇ ਮੇਰੇ ਮਗਰ ਵੀ ਪੈ ਗਏ, ਉਹਨਾਂ ਨੇ ਮੇਰੇ ਵੀ ਬਾਲਾ ਮਾਰਿਆ। ਮੁੰਡੇ ਕੋਲੋਂ ਤੁਰਿਆ ਨਹੀਂ ਸੀ ਜਾਂਦਾ, ਇੰਨਾ ਉਹ ਕੁੱਟਿਆ ਹੋਇਆ ਸੀਗਾ। ਬਾਕੀ ਉਹਨਾਂ ਨੇ ਆਪ ਵੀਡੀਓ ਬਣਾਈ ਹੋਈ ਸੀ ਮੁੰਡੇ ਦੀ, ਉਹ ਫੋਨ ਸੀ ਜਿਹੜਾ ਉਹਨਾਂ ਦਾ, ਉਹ ਸਾਦਾ ਫੋਨ ਫਿਰ ਅਸੀਂ ਖੋਲਿਆ, ਸਾਦਾ ਫੋਨ ਖੋ ਕੇ ਉਹ ਵੀਡੀਓ ਅਸੀਂ ਮਤਲਬ ਥਾਣੇ ਦੇ ਦਿੱਤੀ ਆ। ਕੋਰੋਨਾ ਮਹਾਮਾਰੀ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਜਿੱਥੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉੱਥੇ ਹੀ ਲੋਕਾਂ ਨੂੰ ਆਪਣੇ ਟੈਸਟ ਕਰਵਾਉਣ ਦੀ ਵੀ ਅਪੀਲ ਲਗਾਤਾਰ ਕੀਤੀ ਜਾ ਰਹੀ ਹੈ। ਇਸ ਤਹਿਤ ਪਿੰਡ ਜਰਖੜ ਵਿੱਚ ਤਾਇਨਾਤ ਡਾਕਟਰ ਅਮਿਤ ਵੱਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੈਲਥ ਵਰਕਰ ਮਸਤਾਨ ਸਿੰਘ ਨੂੰ ਜਦ ਨਾਲ ਲੱਗਦੇ ਪਿੰਡ ਖਾਨਪੁਰ ਵਿੱਚ ਵਾਸੀਆਂ ਨੂੰ ਜਾਗਰੂਕ ਕਰਨ ਅਤੇ ਉਹਨਾਂ ਦੇ ਟੈਸਟ ਕਰਵਾਉਣ ਲਈ ਪ੍ਰੇਰਿਤ ਕਰਨ ਭੇਜਿਆ ਤਾਂ ਉੱਥੇ ਡੇਰਾ ਪ੍ਰਭੂ ਦਾ ਚਲਾ ਰਹੇ ਕੁਝ ਸੇਵਾਦਾਰ ਵੱਲੋਂ ਹੈਲਥ ਵਰਕਰ ਮਸਤਾਨ ਸਿੰਘ ਦੀ ਕੁੱਟਮਾਰ ਕੀਤੀ ਗਈ। ਇੰਨਾ ਹੀ ਨਹੀਂ, ਉਸਦੇ ਕਕਾਰਾਂ ਦੀ ਬੇਅਦਬੀ ਕਰ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਉਸਨੂੰ ਬੰਦੀ ਬਣਾ ਲਿਆ ਗਿਆ, ਜਿਸ ਤੋਂ ਬਾਅਦ ਮਸਤਾਨ ਸਿੰਘ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿੰਡ ਵਿੱਚ ਸਰਕਾਰ ਦੇ ਨਿਯਮਾਂ ਮੁਤਾਬਕ ਲੋਕਾਂ ਨੂੰ ਜਾਗਰੂਕ ਕਰਨ ਲਈ ਗਿਆ ਸੀ ਅਤੇ ਜਿੱਥੇ ਉਸਨੂੰ ਡੇਰੇ ਵਿੱਚ ਬੰਦੀ ਬਣਾ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਹਾਂਜੀ ਵੀਰ ਜੀ, ਕੀ ਨਾਮ ਆ ਤੁਹਾਡਾ? ਮੇਰਾ ਨਾਮ ਮਸਤਾਨ ਸਿੰਘ ਆ ਜੀ ਅਤੇ ਮੈਂ ਸਬ ਸੈਂਟਰ ਜਰਖੜ ਦੇ ਵਿੱਚ ਐਜ ਏ ਮਲਟੀ ਪਰਪਜ਼ ਹੈਲਥ ਵਰਕਰ ਜੋਬ ਕਰਦਾ ਜੀ, ਠੀਕ ਹੈ ਜੀ, ਮਲੌਜ PSC ਦੇ ਵਿੱਚ ਜੀ, ਠੀਕ ਹੈ ਜੀ। ਹਾਂਜੀ, ਅੱਜ ਕੀ ਹੋਇਆ ਜੀ? ਅੱਜ ਮੈਨੂੰ ਡਾਕਟਰ ਅਮਿਤ ਦਾ ਕਾਲ ਆਈ ਸੀਗੀ ਕਿ ਉਹਨਾਂ ਨੂੰ ਕਰੋਨਾ ਦੇ ਟੈਸਟ ਲਈ ਜਿਹੜੇ ਖਾਨਪੁਰ ਡੇਰੇ ਦੇ ਵਿੱਚੋਂ ਉਹਨਾਂ ਨੂੰ ਮੋਟੀਵੇਟ ਕਰਕੇ ਲੈ ਕੇ ਆਓ। ਹਾਂਜੀ ਹਾਂਜੀ। ਅਤੇ ਮੈਂ ਉਹਨਾਂ ਨੂੰ ਮੋਟੀਵੇਟ ਕਰਨ ਗਿਆ ਅਤੇ ਉਹਨਾਂ ਨੂੰ ਮੈਂ ਬਾਹਰ ਖੜ੍ਹ ਕੇ ਕਿਹਾ ਅਤੇ ਉਹ ਕਹਿੰਦੇ ਆ ਕੇ ਬੈਠ ਕੇ ਸਾਨੂੰ ਸਮਝਾਓ। ਮੈਂ ਉਹਨਾਂ ਨੂੰ ਸਮਝਾਇਆ ਅਤੇ ਉਹ ਮੋਟੀਵੇਟ ਹੋ ਗਏ ਅਤੇ ਉੱਥੇ ਖੜ੍ਹ ਕੇ ਹੀ ਮੈਂ ਡਾਕਟਰ ਅਮਿਤ ਨੂੰ ਕਾਲ ਕੀਤੀ। ਡਾਕਟਰ ਅਮਿਤ ਨੇ ਕਹਿੰਦੇ ਵੀ ਅੱਜ ਹੁਣੀ ਟੈਸਟ ਹੁੰਦੇ ਪਏ ਨੇ, ਵੀ ਉਹਨਾਂ ਨਾਲ ਹੀ ਲਿਆਓ। ਅਤੇ ਉਸ ਤੋਂ ਬਾਅਦ ਉਹਨਾਂ ਦੇ ਪਤਾ ਨਹੀਂ ਮਨ ਦੇ ਵਿੱਚ ਕੀ ਆਇਆ ਅਤੇ ਉਹਨਾਂ ਨੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰਤੀ। ਉਹਨੇ ਬਾਹਰੋਂ ਕੁੰਡਾ ਜਿੰਦਾ ਲਾਤਾ, ਠੀਕ ਹੈ ਜੀ, ਮੇਰੀ ਦਾੜੀ ਪੁੱਟੀ, ਮੇਰੀ ਪੱਗ ਢਾਤੀ, ਠੀਕ ਹੈ ਜੀ, ਅਤੇ ਉਸ ਤੋਂ ਮੈਂ ਉਹਨਾਂ ਨੂੰ ਮੌਕਾ ਛੱਡਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੇਰੀ ਲੱਤ ਫੜ ਕੇ ਖਿੱਚ ਲਿਆ ਅਤੇ ਮੈਨੂੰ ਅਤੇ ਮੈਨੂੰ ਬਹੁਤ ਬੇਰਹਿਮੀ ਨਾਲ ਕੁੱਟਿਆ ਅਤੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਅਤੇ ਮੇਰੀ ਪੱਗ ਦੇ ਨਾਲ ਹੀ ਮੈਨੂੰ ਬੰਨਤਾ ਅਤੇ ਮੇਰੀ ਪੱਗ ਦੇ ਨਾਲ ਹੀ ਮੈਨੂੰ ਮੇਰਾ ਗਲ ਘੁੱਟਣ ਦੀ ਕੋਸ਼ਿਸ਼ ਕੀਤੀ। ਅਤੇ ਉਦੋਂ 8-9 ਜਾਣੇ ਸੀਗੇ, ਬਾਅਦ ਦੇ ਵਿੱਚ ਹਾਂਜੀ ਮੈਂ ਕਿਹਾ ਵੀ ਚਲੋ ਠੀਕ ਆ, ਨਾਲ ਚੱਲ ਪੈਣਗੇ ਅਤੇ ਅੱਜ ਉਹਨਾਂ ਦਾ ਟੈਸਟ ਹੋ ਜਾਊਗਾ। ਮੈਂ ਨੋਰਮਲ, ਆਪਾਂ ਜਿਵੇਂ ਨੋਰਮਲ ਘਰ ਦੇ ਵਿੱਚ ਜਾਂਦੇ ਹਾਂ, ਆਪਾਂ ਮੋਟੀਵੇਟ ਕਰਕੇ ਆਪਾਂ ਗਾਹਾਂ ਘਰ ਨੂੰ ਮੋਟੀਵੇਟ ਕਰਨ ਚਲੇ ਜਾਂਦੇ ਹਾਂ। ਮੈਂ ਕਿਹਾ ਚਲੋ ਮੋਟੀਵੇਟ, ਇਹ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਵੀ ਉਹਨਾਂ ਨੂੰ ਨਾਲ ਹੀ ਲਿਆਓ, ਵੀ ਅੱਜ ਹੁਣ ਨਵਾਂ ਦਵ ਟੈਸਟ ਹੁੰਦੇ ਪਏ ਨੇ ਅਤੇ ਟੈਸਟ ਹੋ ਜਾਣਗੇ ਅਤੇ ਉਹਨਾਂ ਨੂੰ ਪੂਰਾ ਮੈਂ ਸਮਝਾਇਆ ਵੀ ਬੇਫਿਕਰੀ ਦੇ ਨਾਲ ਤੁਹਾਨੂੰ ਕੋਈ ਨਹੀਂ ਗੱਲ ਹੈਗੀ, ਜਦੋਂ ਤੁਹਾਡੇ ਟੈਸਟ ਹੋ ਗਿਆ ਨੈਗੇਟਿਵ ਆ ਗਿਆ ਤੁਹਾਨੂੰ ਕੋਈ ਕੁਆਰੰਟਾਈਨ ਨਹੀਂ ਕਰਨਾ ਲੋੜ ਪਊਗੀ, ਤੁਹਾਡੇ ਕੋਲ ਟੈਸਟ ਦੀ ਰਿਪੋਰਟ ਹੋਊਗੀ। ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਔਰ ਉਹਨਾਂ ਨੇ ਮੈਨੂੰ ਇੱਥੋਂ ਤੱਕ ਵੀ ਕਹਿੰਦੇ ਵੀ ਤੈਨੂੰ ਵੱਟ ਟੁੱਕ ਕੇ ਨਹਿਰ ਦੇ ਵਿੱਚ ਸੁੱਟ ਦੇਣਾ ਅਤੇ ਅੱਜ ਤੇਰੀ ਕਹਿੰਦੇ ਉਹਨਾਂ ਨੇ ਅੱਜ ਤੇਰੀ ਬਲੀ ਦੇ ਦੇਣੀ ਆ ਅਤੇ ਉਹਨਾਂ ਨੇ ਬਲੀ ਦੇ ਲਈ ਸਾਰਾ ਸਮਾਨ ਆਪਦਾ ਪੂਜਾ ਪਾਠ ਦਾ ਇਕੱਠਾ ਕਰਨਾ ਸ਼ੁਰੂ ਕਰਤਾ। ਤੁਸੀਂ ਅਕਸਰ ਪਹਿਲਾਂ ਜਾਂਦੇ ਰਹਿੰਦੇ ਸੀ ਇੱਥੇ ਡਿਊਟੀ ਕਰਨ? ਹਾਂਜੀ, ਮੈਂ ਖਾਨਪੁਰ ਪਿੰਡ ਜੀ। ਠੀਕ ਹੈ।
ਪਹਿਲਾਂ ਤਾਂ ਨਹੀਂ ਇਦਾਂ ਦੀ ਕੋਈ ਗੱਲਬਾਤ ਹੋਈ ਜਾਂ ਤੁਹਾਡਾ ਟਾਕਰਾ ਹੋਇਆ ਜਾਂ ਕੋਈ ਤੁਹਾਨੂੰ ਨਹੀਂ ਪਹਿਲਾਂ ਕਦੀ ਮੈਂ ਉਹਨਾਂ ਦਾ ਮੇਰਾ ਕਦੀ ਵੀ ਟਾਕਰਾ ਨਹੀਂ ਹੋਇਆ ਬਾਹਰੋਂ ਕਦੇ ਕੋਈ ਇਕੱਲਾ ਉੱਥੇ ਸਾਧ ਹੀ ਹੁੰਦਾ ਸੀਗਾ ਅੱਛਾ ਜੀ ਠੀਕ ਹੈ ਜੀ ਹੁਣ ਅੱਜ ਉੱਥੇ ਮੌਕੇ 'ਤੇ ਉੱਥੇ ਬਹੁਤ ਸਾਰੇ ਬੰਦੇ ਡੇਰੇ 'ਚ ਪਹਿਲਾਂ ਗਏ ਹੋ ਕਿ ਪਹਿਲੀ ਵਾਰੀ ਨਹੀਂ ਪਹਿਲੀ ਵਾਰੀ ਹੀ ਗਿਆ ਸੀ ਮੈਂ ਠੀਕ ਹੈ ਜੀ ਕਿਉਂਕਿ ਉੱਥੇ ਇਕੱਲੇ ਕੋਈ ਪਰਿਵਾਰ ਵਾਲਾ ਮੈਂਬਰ ਵਾਲਾ ਨਹੀਂ ਹੁੰਦਾ ਹੈਗਾ ਕਿਉਂਕਿ ਪਰਿਵਾਰਕ ਮੈਂਬਰ ਸਾਡਾ ਜ਼ਿਆਦਾਤਰ ਪਰਿਵਾਰਕ ਮੈਂਬਰ ਨੂੰ ਮੋਟੀਵੇਟ ਕਰਨ ਦੀ ਲੋੜ ਪੈਂਦੀ ਆ ਹਾਂਜੀ ਅਤੇ ਇੱਕ ਦੋ ਵਾਰੀ ਮੈਂ ਸਲਾਈਡਾਂ ਲਈ ਉਹਨਾਂ ਕੋਲ ਗਿਆ ਅਤੇ ਉਹਨਾਂ ਦਾ ਅੰਦਰੋਂ ਲੌਕ ਲੱਗਿਆ ਹੁੰਦਾ ਸੀਗਾ ਅਤੇ ਬਾਹਰ ਉਹਨਾਂ ਦੇ ਕੁੱਤਾ ਬੰਨਿਆ ਹੁੰਦਾ ਸੀਗਾ ਉਹ ਅੰਦਰ ਹੀ ਕਹਿ ਦਿੰਦੇ ਸੀਗੇ ਵੀ ਇੱਥੇ ਕੋਈ ਪਰਿਵਾਰ ਵਾਲਾ ਨਹੀਂ ਹੈਗਾ ਜਦ ਇਸ ਸੰਬੰਧੀ ਡਾਕਟਰ ਅਮਿਤ ਵੱਲੋਂ ਮਸਤਾਨ ਸਿੰਘ ਦਾ ਫੋਨ ਬੰਦ ਆਉਣ 'ਤੇ ਮਲਟੀਪਰਪਸ ਹੈਲਥ ਵਰਕਰ ਹਰਪ੍ਰੀਤ ਕੌਰ ਨੂੰ ਨਾਲ ਲਿਜਾ ਕੇ ਪਿੰਡ ਖਾਨਪੁਰ ਵਿੱਚ ਪੁੱਛਤਾਛ ਕੀਤੀ ਗਈ ਤਾਂ ਪਤਾ ਲੱਗਾ ਕਿ ਮਸਤਾਨ ਸਿੰਘ ਡੇਰੇ ਦੇ ਅੰਦਰ ਬੰਦੀ ਬਣਾ ਕੇ ਰੱਖਿਆ ਹੋਇਆ ਹੈ ਅੱਜ ਕੀ ਮਾਮਲਾ ਜੀ ਮੈਂ ਸਬ ਸੈਂਟਰ ਜਰਖੜ ਦੇ ਹਰਪ੍ਰੀਤ ਕੌਰ ਇਹ ਨਵਾਂ ਅਤੇ ਮਾਮਲਾ ਇਹ ਆ ਕਿ ਸਾਡਾ ਮੇਲ ਵਰਕਰ ਮੁੰਡਾ ਮਸਤਾਨ ਸਿੰਘ ਪ੍ਰਭੂ ਦੇ ਡੇਰੇ ਦੇ ਉੱਤੇ ਗਿਆ ਸੀਗਾ ਖਾਨਪੁਰ ਡੇਲੋ ਤੋਂ ਸਾਨੂੰ ਡਾਕਟਰ ਅਮਿਤ ਦਾ ਫੋਨ ਗਿਆ ਸੀ ਵੀ ਉੱਥੇ COVID-19 ਦੇ ਮਤਲਬ ਕੇਸ ਹੈਗੇ ਸ਼ੱਕੀ ਵੀ ਉਹਨਾਂ ਨੂੰ ਤੁਸੀਂ ਟੈਸਟਿੰਗ ਲਈ ਭੇਜੋ ਅਤੇ ਉੱਥੇ ਗਿਆ ਸੀ ਤਾਂ ਜਦੋਂ ਗਿਆ ਉਹਨਾਂ ਨੇ ਇਹਦੀ ਬਹੁਤ ਕੁੱਟਮਾਰ ਕੀਤੀ ਇਹਨੂੰ ਉੱਥੇ ਬੰਨ ਲਿਆ ਅਤੇ ਕਾਫੀ ਇਹਦੇ ਨਾਲ ਮਤਲਬ ਬਹੁਤ ਕੁਛ ਕੀਤਾ ਬਹੁਤ ਧੱਕਾ ਕੀਤਾ ਸੱਟਾਂ ਇਹਦੇ ਬਹੁਤ ਲੱਗੀਆਂ ਹੋਈਆਂ ਨੇ ਅਤੇ ਉਸ ਤੋਂ ਬਾਅਦ ਇਹਦਾ ਫੋਨ ਜਿਹੜਾ ਉਹਨਾਂ ਨੇ ਖੋਲਿਆ ਇਹਨੂੰ ਬੰਨਿਆ ਹੋਇਆ ਸੀਗਾ ਤਾਂ ਜਦੋਂ ਇਹ ਆਇਆ ਨਹੀਂ 2-3 ਘੰਟੇ ਤਾਂ ਡਾਕਟਰ ਸਾਹਿਬ ਨੇ ਕਿਹਾ ਵੀ ਉਹ ਆਇਆ ਨਹੀਂ ਹੈਗਾ ਟੈਸਟ ਦਾ ਵੀ ਹੋਏ ਨਹੀਂ ਹੈਗੇ ਤਾਂ ਤੁਸੀਂ ਭੈਣ ਜੀ ਦੇਖ ਕੇ ਆਓ ਜਦੋਂ ਮੈਂ ਪਤਾ ਕਰਿਆ ਤਾਂ ਸਾਨੂੰ ਕਿਸੇ ਨੇ ਦੱਸਿਆ ਵੀ ਉਹ ਉੱਥੇ ਬੰਨਿਆ ਹੋਇਆ ਜਦੋਂ ਫਿਰ ਮੈਂ ਗਈ ਉੱਥੇ ਤਾਂ ਉਹ ਡੇਰੇ ਵਾਲੇ ਮੇਰੇ ਮਗਰ ਵੀ ਪੈ ਗਏ ਉਹਨਾਂ ਨੇ ਮੇਰੇ ਵੀ ਪਾਲਾ ਮਾਰਿਆ ਡੇਰੇ ਵਾਲੇ ਸੀ ਜਾਂ ਬਾਹਰਲੀ ਸੰਗਤ ਜਾਂ ਪਿੰਡ ਦੇ ਨੌਜਵਾਨ ਬੈਠੇ ਸੀ ਪਿੰਡ ਦੇ ਹੀ ਬੰਦੇ ਸੀ ਡੇਰੇ ਦੇ ਵਿੱਚ ਸਾਧ ਦੇ ਨਾਲ ਬੈਠੇ ਜੀ ਸਾਧ ਉੱਥੇ ਹੀ ਸੀ ਇੱਕ ਅਤੇ ਜਦੋਂ ਪਹਿਲਾਂ ਮੈਂ ਉਹਨਾਂ ਨੂੰ ਫੋਨ 'ਤੇ ਉਹ ਮੁੰਡੇ ਨੂੰ ਭੇਜਿਆ ਇੱਕ ਉਹਨੂੰ ਮੈਂ ਕਿਹਾ ਵੀ ਤੂੰ ਦੇਖ ਕੇ ਆ ਤਾਂ ਉਹ ਮੁੜੇ ਆਇਆ ਉਹ ਕਹਿੰਦਾ ਜੀ ਅੰਦਰ ਨਹੀਂ ਵੜਨ ਦਿੰਦੇ ਫਿਰ ਮੈਂ ਕਿਹਾ ਵੀ ਤੂੰ ਜਾ ਕੰਧ ਤੋਂ ਕਿਸੇ ਤਰੀਕੇ ਵੀ ਦੇਖ ਸਾਡਾ ਮੁੰਡਾ ਹੈਗਾ ਮੋਟਰਸਾਈਕਲ ਨੰਬਰ ਖੜ੍ਹਾ ਸੀ ਉੱਥੇ ਜਦੋਂ ਉਹਨੇ ਦੇਖਿਆ ਵੀ ਮੁੰਡਾ ਹੈਗਾ ਤੁਹਾਡਾ ਬੰਨਿਆ ਹੋਇਆ ਅਤੇ ਮੈਂ ਉਹਨੂੰ ਕਿਹਾ ਵੀ ਤੂੰ ਇਹਨਾਂ ਨਾਲ ਮੇਰੀ ਗੱਲ ਕਰਾ ਉਹਨੇ ਗੱਲ ਕਰਾਈ ਤਾਂ ਉਹ ਕਹਿੰਦਾ ਵੀ ਇਹ ਤਾਂ ਨਸ਼ੇੜੀ ਆ ਇਹਨੇ ਨਸ਼ਾ ਕੀਤਾ ਹੋਇਆ ਅਸੀਂ ਤਾਂ ਇਹਨੂੰ ਫੜਾਉਣਾ ਆ ਤਾਂ ਕਹਿੰਦਾ ਪਾਗਲ ਗੱਲਾਂ ਕਰਦਾ ਆ ਮੈਂ ਕਿਹਾ ਵੀ ਚੱਲ ਕੋਈ ਨਾ ਤੂੰ ਫੜਾ ਮੈਂ ਆਉਂਦੀ ਹਾਂ ਅਤੇ ਪੁਲਿਸ ਨੂੰ ਫੜਾਏਗਾ ਚਲੋ ਵਿੱਚ ਹੋ ਇਹਦੀ ਉਸ ਤੋਂ ਬਾਅਦ ਜਦੋਂ ਮੈਂ ਇੱਥੇ ਗਈ ਤਾਂ ਬੰਦੇ ਸਾਡੇ ਸਾਹਮਣੇ ਗੱਡੀਆਂ ਦੇ ਵਿੱਚ ਭੱਜ ਗਏ ਇੱਕ ਜਟਾਣਾ ਸਾਧ ਭੱਜ ਗਿਆ ਦੋ ਬੰਦੇ ਹੋਰ ਭੱਜ ਗਏ ਅਤੇ ਉਹ ਭੱਜੇ ਹੋਏ ਤਾਂ ਅਸੀਂ ਅੰਦਰ ਜਾ ਕੇ ਦੇਖਿਆ ਮੁੰਡਾ ਸਾਡਾ ਬੰਨਿਆ ਹੋਇਆ ਸੀ ਉਹਨਾਂ ਨੇ ਸਾਡੇ ਨਾਲ ਲੜਾਈ ਕੀਤੀ ਫਿਰ ਅਸੀਂ ਉੱਥੋਂ ਛੁਡਾ ਕੇ ਲਿਆਂਦਾ ਫਿਰ ਮੈਂ ਇਨਫੋਰਮ ਕੀਤਾ ਅਤੇ ਇੱਥੋਂ ਮਤਲਬ ਡਾਕਟਰ ਸਾਹਿਬ ਗਏ ਕਰਮਜੀਤ ਵੀਰ ਜੀ ਗਏ ਤਾਂ ਅਸੀਂ ਉਹ ਮੁੰਡਾ ਸਾਡਾ ਉੱਥੋਂ ਛੁਡਾਇਆ ਮੁੰਡੇ ਕੋਲੋਂ ਤੁਰਿਆ ਨਹੀਂ ਸੀ ਜਾਂਦਾ ਇੰਨਾ ਉਹ ਕੁੱਟਿਆ ਹੋਇਆ ਸੀਗਾ ਬਾਕੀ ਉਹਨਾਂ ਨੇ ਆਪ ਵੀਡੀਓ ਬਣਾਈ ਹੋਈ ਸੀ ਮੁੰਡੇ ਦੀ ਉਹ ਫੋਨ ਸੀ ਜਿਹੜਾ ਉਹਨਾਂ ਦਾ ਉਹ ਸਾਧ ਦਾ ਫੋਨ ਫਿਰ ਅਸੀਂ ਖੋਹ ਲਿਆ ਸਾਧ ਦਾ ਫੋਨ ਖੋਹ ਕੇ ਉਹ ਵੀਡੀਓ ਅਸੀਂ ਮਤਲਬ ਥਾਣੇ ਦੇ ਦਿੱਤੀ ਆ ਹਾਂਜੀ ਉੱਥੇ ਜਦ ਇਸ ਮਾਮਲੇ ਬਾਰੇ ਡੇਰਾ ਪ੍ਰਭੂ ਦੇ ਮੁਖੀ ਪ੍ਰਭਜੋਤ ਸਿੰਘ ਉਰਫ ਪ੍ਰਭੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਅਤੇ ਉਹਨਾਂ ਨੂੰ ਮੁਆਫ਼ ਕਰ ਦਿੱਤਾ ਜਾਵੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੇ ਇਸ ਕੀਤੇ 'ਤੇ ਬਹੁਤ ਪਛਤਾਵਾ ਹੋ ਰਿਹਾ ਹੈ ਹਾਂਜੀ ਕੀ ਨਾਂ ਤੁਹਾਡਾ ਸਾਡੇ ਕੋਲ ਉੱਥੇ ਕਰੋਨਾ ਵਾਲੀ ਟੀਮ ਆਈ ਸੀਗੀ ਜੀ ਚੈੱਕਅਪ ਕਰਨ ਲਈ ਅਤੇ ਉਹਨਾਂ ਨਾਲ ਹੱਥੋਂ ਪਾਈ ਕੀਤੀ ਬੱਚਿਆਂ ਨੇ ਅਤੇ ਉਹ ਚੀਜ਼ ਦੀ ਗਲਤੀ ਹੋਈ ਸਾਡੇ ਤੋਂ ਅਤੇ ਅਸੀਂ ਮਾਫ਼ੀ ਮੰਗਦੇ ਹਾਂ ਜੀ ਉਹ ਚੀਜ਼ ਦੀ ਤੁਸੀਂ ਤਾਂ ਬੰਦਾ ਮਾਰ ਦੇਣਾ ਸੀ ਉਹ ਮਹਾਰਾਜ ਉਹ ਅਸੀਂ ਨਹੀਂ ਜੀ ਜਿਹੜੇ ਉਹ ਸੰਤ ਸੀਗੇ ਉਹਨਾਂ ਨਾਲ ਹੱਥੋਂ ਪਾਈ ਹੋਏ ਜਾਂ ਲੜਕੇ ਉਹ ਸਭ ਫਰਾਰ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਕਵਰ ਕਰਾਂਗੇ ਫੜਾਵਾਂਗੇ ਜੀ ਇਹਨਾਂ ਨੂੰ ਗੱਲ ਇੱਕ ਚੀਜ਼ ਕਿੰਨੇ ਬੰਦੇ ਸੀ ਤੁਸੀਂ ਉੱਥੇ ਉਸ ਵੇਲੇ ਕਿੰਨੇ ਬੰਦੇ ਸੀ ਬਾਜੀ 6-7 ਜਾਣੇ ਸੀ ਜੀ ਉੱਥੇ ਅੱਛਾ ਕੀ ਕੀ ਮਾਰਿਆ ਉਹਨਾਂ ਨੇ ਤੁਸੀਂ ਉਹ ਬੰਦੇ ਨੂੰ ਫੜ ਕੇ ਕੀ ਮਾਰਿਆ ਉਹਦੇ ਕੀ ਮਾਰਿਆ ਜਦੋਂ ਤੁਸੀਂ ਉੱਥੇ ਪਹੁੰਚੇ ਹੋ ਤੁਸੀਂ ਕਹਿੰਦਾ ਉਹਨੇ ਦੱਸਿਆ ਕਿ ਮੈਂ ਮੁਲਾਜ਼ਮ ਹਾਂ ਤਾਂ ਫਿਰ ਵੀ ਤੁਸੀਂ ਉਸ ਨਾਲ ਕੁੱਟਮਾਰ ਕੀਤੀ ਕੀ ਕਰਨ ਸੀ ਇਸ ਵਿੱਚ ਇੱਥੇ ਆ ਦੇਖੋ ਉਹਨਾਂ ਨੇ ਆਈਡੈਂਟੀ ਕਾਰਡ ਨਹੀਂ ਦਿਖਾਇਆ ਅਤੇ ਇੱਕ ਸਾਡਾ ਰਿਟਾਇਰ ਮੁਲਾਜ਼ਮ ਆ ਜਿਹੜਾ ਆਪਣਾ ਹੀ ਆਈਡੈਂਟੀ ਕਾਰਡ ਦਿਖਾਈ ਜਾ ਰਿਹਾ ਸੀਗਾ ਆ ਤੁਸੀਂ ਫਿਲਮ ਦੇ ਵਿੱਚ ਵੀ ਦੇਖਿਆ ਹੋਣਾ ਕਿ ਉਹਨੇ ਆਪਣਾ ਆਈਡੈਂਟੀ ਕਾਰਡ ਕੱਢ ਕੇ ਦਿਖਾ ਰਿਹਾ ਜਦਕਿ ਉਹ ਮੈਨੂੰ ਕਹਿ ਰਿਹਾ ਕਿ ਆਪਾਂ ਕਰੋਨਾ ਚੈੱਕਅਪ ਲਈ ਚੱਲਦੇ ਹਾਂ ਔਰ ਮੈਂ ਤਿਆਰ ਸੀ ਜਾਣ ਨੂੰ ਅਤੇ ਉਹਨੇ ਆ ਡੰਡੀਗੜ੍ਹ ਦੀ ਗੱਲਬਾਤ ਕਰਕੇ ਅਤੇ ਸਾਰੀ ਗੱਲਬਾਤ ਨੂੰ ਉਲਝਾ ਕੇ ਅਤੇ ਆਹ ਇਲਜ਼ਾਮ ਦੇ ਮੋੜ 'ਤੇ ਆ ਗਏ ਅਸੀਂ ਅਤੇ ਅਸੀਂ ਇਸ ਚੀਜ਼ ਦੀ ਮਾਫ਼ੀ ਚਾਹੁੰਦੇ ਹਾਂ ਨਾ ਸਾਡਾ ਕੋਈ ਇਰਾਦਾ ਇੱਦਾਂ ਦਾ ਅਸੀਂ ਹਮੇਸ਼ਾ ਕੋਆਪਰੇਟ ਕਰਕੇ ਚੱਲਦੇ ਹਾਂ ਜੀ ਮਹਾਰਾਜ ਮੇਰਾ ਕੋਈ ਇਰਾਦਾ ਨਹੀਂ ਸੀਗਾ ਇੱਦਾਂ ਦਾ ਵੀ ਮੈਂ ਤਾਂ ਹੁਣ ਵੀ ਹੱਥ ਜੋੜਦਾ ਅਤੇ ਮਾਫ਼ੀ ਮੰਗਦਾ ਵਾਂ ਇਸੇ ਲਈ ਤੁਹਾਡੇ ਸਾਹਮਣੇ ਪੇਸ਼ ਹੋਇਆ ਵਾਂ ਠੀਕ ਆ ਨਾ ਨਹੀਂ ਜਿਹੜੇ ਕੁੱਟਮਾਰ ਵਾਲੇ ਬੰਦੇ ਉਹ ਸਭ ਫਰਾਰ ਨੇ ਇੱਕ ਸਿੱਖ ਦੀ ਤੁਸੀਂ ਮਹਾਰਾਜ ਇੰਨੀਆਂ ਚੀਜ਼ਾਂ ਦੇ ਸਵਾਲ ਜਵਾਬ ਮੈਂ ਕੁਛ ਨਹੀਂ ਜੀ ਕਹਿ ਸਕਦਾ ਇੱਦਾਂ
ਜ਼ਿੰਦਗੀ ਚ ਕੱਲ ਜਿਹੜੀ ਕੋਈ ਘਟਨਾ ਇੱਥੇ ਵਾਪਰੀ ਆ ਪਿੰਡ ਖਾਨਪੁਰ ਵਿਖੇ, ਤੁਸੀਂ ਸਾਰਿਆਂ ਨੇ ਵੀਡੀਓ 'ਚ ਦੇਖਿਆ ਹੋਣਾ ਜੋ ਵੀਡੀਓ ਵਾਇਰਲ ਹੋ ਰਹੀ ਆ, ਸਾਡੇ ਇੱਕ ਵਰਕਰ ਮਸਤਾਨ ਸਿੰਘ ਜੋ ਕਿ ਕਰੋਨਾ ਮਹਾਂਮਾਰੀ ਦਾ ਚੱਲ ਰਿਹਾ ਸੀਗਾ, ਵੱਧ ਤੋਂ ਵੱਧ ਟੈਸਟ ਕਰਵਾਉਣ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਤੇ ਮਿਸ਼ਨ ਫਤਿਹ ਦੇ ਸੰਬੰਧ ਵਿੱਚ ਵੱਧ ਤੋਂ ਵੱਧ ਕਰੋਨਾ ਮਰੀਜ਼ਾਂ ਦੇ ਟੈਸਟ ਕਰਵਾਉਣ ਦੇ ਸੰਬੰਧ ਵਿੱਚ ਮਸਤਾਨ ਸਿੰਘ ਵਰਕਰ ਉੱਥੇ ਗਿਆ ਸੀਗਾ ਆਪਣੇ ਪਿੰਡ ਖਾਨਪੁਰ ਵਿਖੇ। ਖਾਨਪੁਰ ਇੱਕ ਡੇਰਾ, ਇਹਨਾਂ ਨੂੰ ਪਤਾ ਲੱਗਿਆ ਸੀ ਵੀ 5-6 ਪੇਸ਼ੈਂਟ ਨੇ ਉੱਥੇ ਕਰੋਨਾ ਸਸਪੈਕਟਡ, ਉਹਨਾਂ ਦੇ ਟੈਸਟ ਕਰਵਾਉਣ ਸੰਬੰਧੀ ਇੱਥੋਂ ਗਏ ਸੀਗੇ ਅਤੇ ਜਾਂਦੇ ਹੀ ਉੱਥੇ ਇਹਨਾਂ ਨੇ ਆਪਣੀ ਇੰਟਰੋਡਕਸ਼ਨ ਪਹਿਲਾਂ ਦਿੱਤੀ, ਗੱਲਬਾਤ ਰਹੀ ਇਹਨਾਂ ਦੀ, 2-3 ਮਿੰਟ ਗੱਲਬਾਤ ਚੱਲਦੀ ਰਹੀ। ਉੱਥੇ ਦੇ ਜਿਹੜੇ ਸਾਧ ਨੇ ਡੇਰਾ ਤੁਸੀਂ ਦੇਖਿਆ ਜਿਵੇਂ ਵੀਡੀਓ 'ਚ ਹੈਗਾ, ਅਤੇ ਗੱਲਬਾਤ ਕਰਦੇ ਹੀ ਕਰਦੇ ਹਾਂ ਬਾਅਦ 'ਚ ਕੁਛ ਹੋਰ ਬੰਦੇ ਆ ਗਏ ਇਹਨਾਂ ਦੀ, ਇਹ ਮਸਤਾਨ ਸਿੰਘ ਜੋ ਕਿ ਗੁਰਸਿੱਖ ਬੰਦਾ, ਇੱਕ ਇਹਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਅੱਛਾ ਜੀ, ਤੁਹਾਨੂੰ ਕੀ ਲੱਗਦਾ ਵੀ ਮਤਲਬ ਕਿ ਦੇਖੋ ਇੱਕ ਮੁਲਾਜ਼ਮ ਜਿਹੜਾ ਔਨ ਡਿਊਟੀ ਮੁਲਾਜ਼ਮ ਆ ਉਹਦੇ ਨਾਲ ਇੰਨੀ ਬੁਰੀ ਤਰ੍ਹਾਂ ਬੇਰਹਿਮੀ ਨਾਲ ਕੁੱਟਮਾਰ ਕਰਨੀ, ਜਿਹੜਾ ਕਿ ਇੱਕ ਕਰੋਨਾ ਦੀ ਮਹਾਂਮਾਰੀ ਦੇ ਸੰਬੰਧ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਸੀ, ਅਤੇ ਉਹ ਉਸ ਨਾਲ ਕੁੱਟਮਾਰ ਕਰਨੀ ਬਹੁਤ ਹੀ ਮਾੜੀ ਗੱਲ ਆ ਅਤੇ ਭਾਗੀ ਆ। ਇਸ ਸੰਬੰਧ ਵਿੱਚ ਅਸੀਂ ਆਪਣੇ ਹਾਈ ਅਥਾਰਟੀ ਸ੍ਰੀ ਰਜ਼ਨ ਸਾਹਿਬ ਨਾਲ ਸਾਹਿਬ ਜੀ ਨੂੰ ਕੱਲ੍ਹ ਹੀ ਇਨਫੋਰਮ ਕਰ ਦਿੱਤਾ ਸੀ, ਅਤੇ ਉਦੋਂ ਉਹਨਾਂ ਨੇ ਕਮਿਸ਼ਨਰ ਸਾਹਿਬ ਨੂੰ ਅਤੇ ਪੁਲਿਸ ਸਾਹਿਬ ਨੂੰ ਦੱਸ ਦਿੱਤਾ ਗਿਆ ਸੀਗਾ, ਅਤੇ ਪਾਰਟੀਆਂ ਉਹਨਾਂ ਨੇ ਆਪਣੀਆਂ ਰੇਡਿੰਗ ਪਾਰਟੀ ਜਿਹੜੀ ਬਾਕੀ ਜਿਹੜੇ 3 ਕੁ ਮੁਲਜ਼ਮ ਜਿਹੜੇ ਪਕੜੇ ਆ ਅਤੇ ਬਾਕੀ ਜਿਹੜੇ ਆ ਉਹਨਾਂ ਨੂੰ ਫੜਨ ਵਾਸਤੇ ਰੇਡਿੰਗ ਪਾਰਟੀ ਭੇਜ ਦਿੱਤੀ ਗਈ। ਉਸਦੇ ਸੰਬੰਧ ਵਿੱਚ ਜਿਵੇਂ ਅੱਜ ਸਾਰੇ ਮੁਲਾਜ਼ਮ ਜਥੇਬੰਦੀਆਂ ਵਿੱਚ ਰੋਸ ਪਾਇਆ ਜਾ ਰਿਹਾ, ਉਹਦੇ ਸੰਬੰਧ ਵਿੱਚ ਅੱਜ ਡੇਲੋਂ ਕਮਿਊਨਿਟੀ ਹੈਲਥ ਸੈਂਟਰ ਡੇਲੋਂ ਵਿਖੇ ਧਰਨਾ ਲਗਾਇਆ ਗਿਆ, ਬੰਦ ਕੀਤਾ ਗਿਆ ਕੰਮਕਾਰ, ਅਤੇ ਤਾਂ ਕਿ ਇਹ ਜੋ ਵੀ ਮੁਲਜ਼ਮ ਨੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਥੈਂਕ ਯੂ। ਇਸ ਮਾਮਲੇ ਦੀ ਜਾਂਚ ਕਰਨ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮੌਕੇ 'ਤੇ ਜਾ ਕੇ ਡੇਰਾ ਸੰਚਾਲਕ ਸਮੇਤ 2 ਸੇਵਾਦਾਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਫਰਾਰ ਹੋਏ 3 ਦੋਸ਼ੀਆਂ ਨੂੰ ਫੜਨ ਛਾਪੇਮਾਰੀ ਕੀਤੀ ਜਾ ਰਹੀ ਹੈ। ਕਾਰਵਾਈ ਸਰ ਉਹਦੇ ਵਿੱਚ ਅਸੀਂ ਕੱਲ੍ਹ ਇੱਕ ਹੈਲਥ ਵਰਕਰ ਉੱਥੇ ਗਿਆ ਸੀਗਾ ਅਤੇ ਸਾਨੂੰ ਜਦੋਂ ਸਲਾਹ ਮਿਲੀ ਆ ਵੀ ਉਹ ਮਲਟੀਪਰਪਜ਼ ਹੈਲਥ ਵਰਕਰ ਹੈ ਜਿਹੜਾ ਉਹ ਜਿਹੜਾ ਹੈਗਾ ਸੀਗਾ ਉੱਥੇ ਗਿਆ ਜਦੋਂ ਕਿ ਉਹਨਾਂ ਨੂੰ ਕਰੋਨਾ ਵਾਸਤੇ ਦੱਸਣ ਗਿਆ ਸੀ ਵੀ ਮਹਾਂਮਾਰੀ ਫੈਲੀ ਹੋਈ ਆ ਅਤੇ ਇਹਦੇ ਵਾਸਤੇ ਤੁਸੀਂ ਭਾਈ ਆਪਦਾ ਕਰੋਨਾ ਟੈਸਟ ਕਰਾ ਲਓ। ਉਹ ਪ੍ਰਭੂ ਦਾ ਡੇਰਾ ਵੱਜਦਾ ਉੱਥੇ, ਉਹ ਜਦੋਂ ਉੱਥੇ ਗਿਆ ਕਾਫੀ ਬੰਦੇ ਬੈਠੇ ਸੀਗੇ, ਉਹਨਾਂ ਨੇ ਜਾਗਰੂਕ ਕੀਤਾ। ਇੱਕ ਵਾਰੀ ਜੋ ਜਾਗਰੂਕ ਕੀਤਾ ਕਿ ਉਹ ਉਹਨਾਂ ਨੂੰ ਠੀਕ ਹੈ, ਕਹਿੰਦੇ ਜੀ ਕਰਵਾ ਲਾਂਗੇ, ਕਹਿੰਦਾ ਜੀ ਤੁਹਾਨੂੰ ਕੋਈ ਬੰਦਾ ਪੁੱਛੇ ਤੁਹਾਨੂੰ ਐਂ ਤਾਂ ਪਤਾ ਲੱਗ ਜੂ ਵੀ ਸਾਡੇ ਕੋਲ ਪਰਚੀ ਹੈ ਜੀ ਵੀ ਆਹ ਲਓ ਜੀ ਅਸੀਂ ਤਾਂ ਕਰਵਾ ਲਿਆ। ਉਹ ਫਿਰ ਆਏ ਤੋਂ ਕਹਿਣ 'ਤੇ ਮੋਟੀਵੇਟ ਹੋ ਗਏ, ਬਾਅਦ 'ਚ ਉਹਨੇ ਜਦੋਂ ਕਿਹਾ ਨਾ ਕਹਿੰਦਾ ਵੀ ਅੱਜ ਹੋ ਹੀ ਜਾਂਦੇ ਆ ਜੇ ਤੁਸੀਂ ਮੇਰੇ ਨਾਲ ਚੱਲੋ ਤਾਂ ਮੈਂ ਤੁਹਾਨੂੰ ਨਾਲ ਚੱਲ ਕੇ ਕਰਵਾ ਦੂੰਗਾ, ਜੋ ਨਾਲ ਚੱਲ ਕੇ ਕਰਵਾ ਦੂੰਗਾ, ਕਹਿੰਦਾ ਉਹਨੇ ਇੰਨੀ ਗੱਲ ਕਹੀ ਆ। ਅਤੇ ਉੱਥੇ 2 ਗੋਪੀ ਅਤੇ ਮੰਗਾ ਨਾਂ ਦਾ ਬੰਦਾ ਸੀਗਾ, ਉਹ ਥੋੜ੍ਹੇ ਜਿਹੇ ਛਾਤਰ ਦਿਮਾਗ ਦੇ ਸੀਗੇ, ਉਹ ਕਹਿੰਦੇ ਐਂ ਸਾਨੂੰ ਕੌਣ ਉਹਨਾਂ ਤੋਂ ਲੈ ਕੇ ਲੱਗ ਜਾਣ ਨਾਲ, ਸਾਡੀ ਮਰਜ਼ੀ ਜਾਈਏ ਨਾ ਜਾਈਏ। ਉਹ ਤਹਿਸ 'ਚ ਆ ਗਏ ਉਸਦੀ ਇਸ ਗੱਲ ਨੂੰ ਸੁਣ ਕੇ, ਜੋ ਤਹਿਸ 'ਚ ਆਏ ਉਹ ਕਹਿੰਦਾ ਮੈਂ ਤਾਂ ਆਪਣੀ ਡਿਊਟੀ ਕਰਨ ਆਇਆ, ਬਾਕੀ ਤੁਹਾਡੀ ਮਰਜ਼ੀ ਆ। ਉਹ ਇੰਨੀ ਗੱਲ ਹੋਈ ਉਹਨਾਂ ਨੇ ਉਹਨੂੰ ਫੜ ਕੇ ਉਹਨੂੰ ਬੰਨ ਲਿਆ, ਬੰਨ ਕੇ ਉਹਨੂੰ ਕੁੱਟਮਾਰ ਕੀਤੀ ਅਤੇ ਉਹਦਾ ਬੰਨਤਾ ਉਹਨੂੰ ਬੰਨ ਕੇ ਰੱਖਿਆ ਉਹਨੂੰ। ਉਹ ਕੁਛ ਟਾਇਰ ਉਹਦਾ ਫੋਨ ਬੰਦ ਹੋ ਗਿਆ, ਉਹ ਜਿਹੜਾ ਡਾਕਟਰ ਨੇ ਉਹਦੀ ਡਿਊਟੀ ਲਾ ਕੇ ਭੇਜਿਆ ਸੀਗਾ, ਉਹ ਜੋ ਡਿਊਟੀ ਲਾ ਕੇ ਭੇਜਿਆ ਸੀ ਉਹਨੇ ਪਤਾ ਕੀਤਾ ਵੀ ਉਹਦਾ ਫੋਨ ਬੰਦ ਆ ਰਿਹਾ। ਉਹਨੇ ਉੱਥੋਂ ਦੀ ਨਾਲ ਉਹਦੇ ਇੱਕ ਵਰਕਰ ਹੋਰ ਸੀਗੀ ਲੇਡੀਜ਼ ਹਰਪ੍ਰੀਤ ਕੌਰ, ਉਹਨੂੰ ਫੋਨ ਕੀਤਾ ਡਾਕਟਰ ਅਮਿਤ ਨੇ ਵੀ ਇੱਦਾਂ ਕਰਕੇ ਨਾ ਵੀ ਉਹ ਮੁੰਡੇ ਨੂੰ ਡਿਊਟੀ ਲਾ ਕੇ ਭੇਜਿਆ ਸੀ ਵੀ ਉਹਦਾ ਫੋਨ ਬੰਦ ਆ ਰਿਹਾ ਪਤਾ ਕਰੋ। ਉਹਨਾਂ ਜਦੋਂ ਪਤਾ ਕੀਤਾ ਅਤੇ ਉਹਨੇ ਕਿਸੇ ਉਹ ਮੁੰਡੇ ਨੂੰ ਪਹਿਲਾਂ ਭੇਜਤਾ ਵੀ ਤੁਸੀਂ ਐਂ ਕਰੇ ਪਤਾ ਕਰੋ ਜੀ ਵੀਰ ਜੀ ਇੱਥੇ ਤੁਹਾਡੇ ਪਿੰਡ ਬੰਦਾ ਭੇਜਿਆ ਜੀ ਸਾਡਾ ਵੀ ਉਹਦੇ ਆਹ ਨੰਬਰ ਦਾ ਮੋਟਰਸਾਈਕਲ ਆ ਉਹਦੇ ਕੋਲ। ਉਹ ਮੁੰਡੇ ਨੇ ਜਾ ਕੇ ਫੋਨ ਕਰਕੇ ਉਹਨੂੰ ਹਰਪ੍ਰੀਤ ਨੂੰ ਦੱਸਤਾ ਵੀ ਇੱਦਾਂ ਕਰਕੇ ਨਾ ਜੀ ਮੋਟਰਸਾਈਕਲ ਤਾਂ ਖੜ੍ਹਾ ਪਰ ਤੁਹਾਡੇ ਮੁੰਡੇ ਦਾ ਨਹੀਂ ਪਤਾ। ਕਹਿੰਦੇ ਵੀਰ ਜੀ ਵੇਖੋ ਤਾਂ ਸਹੀ ਕਿੱਥੇ ਡੇਰੇ 'ਚ ਭੇਜਿਆ ਸੀ। ਉਹ ਕਹਿੰਦਾ ਜੀ ਡੇਰੇ ਦੇ ਵਿੱਚ ਉਹਦਾ ਅੰਦਰੋਂ ਤਾਂ ਬਾਹਰ ਬੰਦਾ, ਅਤੇ ਉਹਨੇ ਕੋਸ਼ਿਸ਼ ਕੀਤੀ ਅੰਦਰੋਂ, ਕਹਿੰਦਾ ਜੀ ਤੁਹਾਡਾ ਮੈਨੂੰ ਲੱਗਦਾ ਵੀ ਬੰਦਾ ਉਹ ਬੰਨੀ ਬੈਠੇ ਅੰਦਰ। ਉਹਨੇ ਡਾਕਟਰ ਸਾਹਿਬ ਨੂੰ ਫੋਨ ਕਰਤਾ, ਉਹ ਡਾਕਟਰ ਸਾਹਿਬ ਨੇ ਸਾਨੂੰ ਇਤਲਾਹ ਦਿੱਤੀ। ਇੰਨੇ ਜਸਟ ਹੀ ਮੈਂ ਪਹੁੰਚ ਗਿਆ, ਨਾ ਹੀ ਡਾਕਟਰ ਸਾਹਿਬ ਵੀ ਆਪਣੇ ਆਪਦੀ ਗੱਡੀ ਲੈ ਕੇ ਚੱਲ ਪਏ, ਮੈਂ ਆਪਣੀ ਗੱਡੀ ਲੈ ਕੇ ਚੱਲ ਪਿਆ। ਜਦੋਂ ਉੱਥੇ ਪਹੁੰਚੇ ਅਸੀਂ ਅਤੇ ਸਾਡੇ ਨਾਲ ਜਾਂਦੇ ਨੂੰ ਤਾਂ ਉਹ ਘੁੰਮਤਰਾ ਬੈਠਾ ਵਿਚਾਰਾ, ਫਿਰ ਉਹਨੂੰ ਅਸੀਂ ਉਹ ਵਰਕ ਨੂੰ ਕੱਢ ਕੇ ਲੈ ਕੇ। ਦੋਸ਼ੀ ਇਹ ਹੈਗਾ ਜੀ ਵੀ 3 ਤਾਂ ਮੌਕੇ ਤੋਂ ਫਰਾਰ ਹੋ ਗਏ ਸੀ ਮੇਰੇ ਤੋਂ ਪਹਿਲਾਂ,
ਅਤੇ ਇੱਕ ਮੈਂ ਸਾਧ ਜਿਹੜਾ ਬੈਠਾ ਸੀਗਾ ਮੇਨ ਡੇਰੇ ਵਾਲਾ, ਉਹ ਉੱਥੋਂ ਮੈਂ ਮੌਕੇ ਤੋਂ ਫੜ ਲਿਆ। ਦੋ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਅਤੇ ਉਹ ਮੈਂ ਥੋੜ੍ਹੀ ਥੋੜ੍ਹੀ ਦੂਰ ਜਾ ਕੇ ਅਰੈਸਟ ਕਰ ਲਏ। ਪ੍ਰਾਈਮ ਦੇ ਲਈ ਲੁਧਿਆਣਾ ਤੋਂ ਵਿੱਕੀ ਜਰਖੜ ਦੀ ਰਿਪੋਰਟ।